ਨਾਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਿੱਖਿਆ ਕਸ਼ਮ ਸੀਸੀਟੀਵੀ ਤਸਵੀਰਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਕਾਰ ਸਵਾਰ ਅਧਿਆਪਕ ਦੇ ਵੱਲੋਂ ਆਪਣੇ ਹੀ ਸਟੂਡੈਂਟ ਨੂੰ ਕਾਰ ਦੇ ਬੋਨਟ ਤੇ ਕਈ ਦੂਰੀ ਤੱਕ ਕਈ ਕਿਲੋਮੀਟਰ ਤੱਕ ਉਸ ਨੂੰ ਕੜੀਸਿਆ ਗਿਆ ਖਬਰ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਨੇ ਜਿਸ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਤੇਜ਼ ਰਫ਼ਤਾਰ ਕਾਰ ਸਵਾਰ ਅਧਿਆਪਕ ਦੇ ਵੱਲੋਂ इस वारदात नूं अंजाम देण दी कोशिश कीती गई है दस दईए कि आपसी रंजिश दस्या जा रहा है जदों पीड़ित नौजवान दे वल्लों इस बाबत गलबात कीती गई तां उसदा कहना है कि पिछले दो तीन सालां तों आपसी रंजिश सी जिसदे करके अध्यापक दे उत्ते पहला भी मामले दर्ज ने लेकिन इस नौजवान दे वल्लों पुलिस दे उत्ते भी गंभीर इल्जाम लगाए गए ने कि मामला दर्ज होने के बावजूद इस अध्यापक ते कोई कार्रवाई हजे तक नहीं की गई ते बीते दिन भी ये नौजवान नू अध्यापक दे वल्लों पहला तो टक्कर मारी जाती है तो उस तो बाद गड्डी दे बोनट दे उत्ते कई किलोमीटर तक उसनू घड़ीसिया गया सीसीटीवी तस्वीरां जिहड़ियां ने बेहद हैरान कर देण वालियां ने उधर पुलिस का बयान भी सामने आया है पुलिस दे वल्लों कहा जा रहा है कि तफशील दे नाल ये पूरी जिहड़ा है घटनाक्रम जिहड़ा वापरिया है सीसीटीवी नू कब्जे दे विच लै लिया गया है ते जो कुछ भी तथ्य सामने आउणगे उसके आधार पर जल्द तो जल्द कार्रवाई की जाएगी एक बार पीड़ित का की कुछ कहना है तो पुलिस अधिकारी का की कुछ कहना है वह थोनों सुनाने ਇਹ ਮਾਸਟਰ ਬਲਜਿੰਦਰ ਸਿੰਘ 26 ਦਾ ਮੁਕਦਮਾ ਚੱਲਦਾ ਜੀ ਇਹਨਾਂ 'ਤੇ ਅਤੇ ਇਹਨੇ ਲਿਆ ਕੇ ਮੇਰੇ ਵਿੱਚ ਗੱਡੀ ਮਾਰਤੀ ਅਤੇ ਮੈਂ ਇੱਦਾਂ ਹੀ ਫਿਰ ਜੀ ਮੇਰਾ ਹੱਥ ਪੈ ਗਿਆ ਬੁਲਟ ਨੂੰ ਹਾਂ ਜਦੋਂ ਮੇਰਾ ਉੱਪਰ ਹੀ ਇੱਦਾਂ ਚੜ੍ਹ ਗਿਆ ਮੈਂ ਅਤੇ ਇਹਨੇ ਜੀ ਸਾਰੇ ਸ਼ਹਿਰ ਜੋ ਇੱਥੋਂ ਲੈ ਕੇ ਸੁਲਤਾਨਪੁਰ ਦੀਆਂ ਗਲੀਆਂ ਜੀ ਸਾਰੇ ਬਾਜ਼ਾਰ 'ਤੇ ਲਿਜਾ ਕੇ ਅਤੇ ਫਿਰ ਦੜਵਿੰਡੀ ਜਾ ਲੈ ਗਿਆ ਜੀ ਉੱਧਰ 2-3 ਸਾਲ ਹੋ ਗਏ ਜੀ ਲੜਾਈ ਚੱਲਦੇ ਨੂੰ ਇਹਨਾਂ 'ਤੇ 452 ਦਾ ਵੀ ਪਰਚਾ ਹੋਇਆ ਪਿਆ ਜੀ ਉਹਨਾਂ ਦੀਆਂ ਤਰੀਕਾਂ ਭੁਗਤੇ ਹੁਣ 26 ਬਣੀ ਪਈ ਜੀ ਇਹਨਾਂ 'ਤੇ 26 ਬਣੀ ਪਈ ਆ ਉਹਦਾ ਕੋਈ ਨਹੀਂ ਨਾ ਇਹਨਾਂ ਨੂੰ ਪੁਲਿਸ ਚੱਕ ਰਹੀ ਆ ਨਾ ਕੁਛ ਘਰੋਂ ਭਗੌੜੇ ਹੋਏ ਪੈ ਜੀਏ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਉਹਦੇ ਬਾਰੇ ਤਸਦੀਕ ਕੀਤਾ ਗਿਆ ਅਤੇ ਵੈਰੀਫਿਕੇਸ਼ਨ ਚੱਲ ਰਹੀ ਹੈ ਕਲਪ੍ਰੀਟ ਅਸੀਂ ਫੜ ਚੁੱਕੇ ਹਾਂ ਅਤੇ ਬਾਕੀ ਪੂਰਾ ਵੈਰੀਫਾਈ ਕਰਕੇ ਅਸੀਂ ਤੁਹਾਨੂੰ ਰਿਪੋਰਟ ਦੇਵਾਂਗੇ